ਸਭ ਤੋਂ ਪਹਿਲਾਂ ਤੁਹਾਨੂੰ ਅਸਾਈਨਮੈਂਟਸ ਮਿਲਣਗੀਆਂ ਜੀ ਇਹ ਪੋਲੀਟਿ ਦੀਆਂ ਅਸਾਈਨਮੈਂਟਸ ਨੇ ਜੀ ਟੋਪਿਕ ਵਾਈਜ਼ ਇਹ ਵਾਲੀਆਂ ਅਸਾਈਨਮੈਂਟਸ ਨੇ ਤੁਸੀਂ ਚੈੱਕ ਕਰ ਸਕਦੇ ਹੋ ਸਾਰੀਆਂ ਠੀਕ ਹੈ 18 ਤੋਂ 20 ਅਸਾਈਨਮੈਂਟਸ ਨੇ ਜੀ ਉਸ ਤੋਂ ਬਾਅਦ ਦੇ ਵਿੱਚ ਹਿਸਟਰੀਆਂ ਅਸਾਈਨਮੈਂਟਸ ਨੇ ਜੀ ਇਹ ਮਾਡਰਨ ਹਿਸਟਰੀ ਨੇ ਅਸਾਈਨਮੈਂਟਸ ਨੇ ਜੀ ਇਹ ਵਾਲੀਆਂ ਕਿਉਂਕਿ ਪੀ 3 ਪੀ ਐਸ ਬੀ ਨੇ ਮਾਡਰਨ ਹਿਸਟਰੀ ਨੂੰ ਜ਼ਿਆਦਾ ਸਟ्रेस ਦਿੱਤਾ ਸੀ ਜੀ ਤਾਂ ਅਸੀਂ ਇਹਦੀਆਂ ਅਸਾਈਨਮੈਂਟਸ ਬਣਾਈਆਂ ਸੀ ਜੀ ਉਸ ਤੋਂ ਬਾਅਦ ਆ ਪੰਜਾਬ ਜੀ ਕਿਹਦੀਆਂ ਅਸਾਈਨਮੈਂਟਸ ਨੇ ਜੀ ਇਹ ਸਾਰੀਆਂ ਠੀਕ ਹੈ ਹਰ ਅਸਾਈਨਮੈਂਟ ਦੇ ਵਿੱਚ ਲਗਭਗ ਲਗਭਗ ਕਿਸੇ 'ਚ 15 ਕੁਐਸਚਨ ਨੇ ਕਿਸੇ 'ਚ 20 ਕੁਐਸਚਨ ਨੇ ਕਿਸੇ 'ਚ 12 ਕੁਐਸਚਨ ਨੇ ਕਿਸੇ 'ਚ 25 ਕੁਐਸਚਨ ਨੇ ਜਿੰਨੇ ਜਿੰਨੇ ਕੁਐਸਚਨ ਹੋਣ ਨੇ ਉਹ ਟੌਪਿਕ ਕਵਰ ਕਰਦੇ ਨੇ ਬਸ ਉਸ ਤੋਂ ਬਾਅਦ ਐਨਵਾਇਰਨਮੈਂਟ ਦੀਆਂ ਅਸਾਈਨਮੈਂਟਸ ਨੇ ਜੀ ਇਹ ਠੀਕ ਹੈ ਐਮਸੀਕਿਊ ਟਾਈਪ ਨੇ ਸਾਰੇ ਇਹ ਤਾਂ ਇੱਕ ਚੈਪਟਰ ਹੋ ਗਿਆ ਦੂਸਰਾ ਚੈਪਟਰ ਹੋ ਗਿਆ ਤ ਉਸ ਤੋਂ ਬਾਅਦ ਚ ਕਰੰਟ ਅਫੇਅਰ ਮੰਥਲੀ ਐਮਸੀਕਿਊਜ਼ ਅਸਾਈਨਮੈਂਟ ਠੀਕ ਹੈ ਇਹ ਮੰਥਲੀ ਐਮਸੀਕਿਊਜ਼ ਨੇ ਜੀ ਇਹਦੇ ਵਿੱਚੋਂ ਕੁਝ ਤਿਆਰ ਹੋ ਗਏ ਕੁਝ ਅਸੀਂ ਅਜੇ ਅਪਲੋਡ ਕਰ ਰਹੇ ਹਾਂ ਉਸ ਤੋਂ ਬਾਅਦ ਦੇ ਵਿੱਚ ਪੀ ਟ੍ਰਿਪਲ ਐਸ ਬੀ ਜਿਹੜਾ ਨਵਾਂ ਸਿਲੇਬਸ ਆਇਆ ਸੀਗਾ ਸਿਨੇਮਾ ਲਿਟਰੇਚਰ ਐਂਡ ਸਪੋਰਟਸ ਲਗਭਗ ਲਗਭਗ 400 500 ਐਮਸੀਕਿਊਜ਼ ਹੈ ਤਾਂ ਜੀ ਤੇ ਇਹਦੇ ਵਿੱਚੋਂ ਜਿਹੜਾ ਪੇਪਰ ਆਇਆ ਜ 39 ਕੁਐਸਚਨ ਦੇ ਫੋਰੈਸਟ ਗਾਰਡ ਦੇ ਨੇ ਇਹਦੇ ਵਿੱਚ ਆਏ ਨੇ ਕਰੰਟ ਅਫੇਅਰ ਦੀ ਜਿਹੜੀ ਮੈਗਜ਼ੀਨ ਚ ਨੇ ਜੀ ਤੇ ਫਿਲਹਾਲ ਉਹ ਰ ਤੱਕ ਤਿਆਰ ਹੋ ਗਈ ਹੈ ਇਹ ਸਾਰਾ ਦਸੰਬਰ ਤੱਕ ਜਾਊਗਾ ਜੀ ਠੀਕ ਹੈ ਜਿਹੜੇ ਵੀ ਕੁਸ਼ਚਨ ਪੁੱਛੇ ਜਾ ਰਹੇ ਨੇ ਇਹਦੇ ਵਿੱਚ ਅਪ੍ਰੈਲ ਦੇ ਵੀ ਕੁਸ਼ਚਨ ਆਇਆ ਮਾਰਚ ਦੇ ਵੀ ਕੁਸ਼ਚਨ ਹੈ ਵਗੈਰਾ ਵਗੈਰਾ ਉਸ ਤੋਂ ਅਚੀ ਈ ਬੁਕਸ ਨੇ ਜੀ এনवायरमेंट ਦੇ ਤੇ ਹਿਸਟਰੀ ਦੇ ਤੇ ਜੀਓਗ੍ਰਾਫੀ ਦੇ ਤੇ ਸਾਇੰਸ ਦੇ ਤੇ ਸਟੈਟਿਕ ਚੱਲ ਰਹੀ ਹੈ ਜੀ ਅੱਜ ਕੱਲ੍ਹ ਤੇ ਸਾਡੀ ਪੂਰੀ ਹੋ ਜਾਏਗੀ ਕੱਲੂ ਪ੍ਰੋਵਾਈਡ ਕਰ ਦਾਂਗੇ ਠੀਕ ਹੈ ਹੈਂਡ ਰਿਟਨ ਨੋਟਸ ਪੰਜਾਬ ਜੀ ਦੇ ਵੀ ਨੇ ਜੀ ਪੰਜਾਬੀ ਗ੍ਰਾਮਰ ਦੇ ਵੀ ਨੇ ਤੇ ਫੁੱਲ ਲੈਂਥ ਐਕਸਰਸਾਈਜ਼ ਦੇ 5 ਮੌਕਸ ਦਵਾਂਗੇ ਪੇਪਰ ਤੋਂ ਪਹਿਲਾਂ ਠੀਕ ਹੈ ਸਾਡੇ ਜਿਹੜੇ ਫਾਈਨਲ ਮੌਕਸ